ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਜੁਆਇਨ ਜ਼ਰੂਰ ਕਰੋ। ਨੰਬਰ 1, ਪੰਛੀ ਕਦੇ ਆਪਣੇ ਬੱਚਿਆਂ ਨੂੰ ਭਵਿੱਖ ਲਈ ਆਲ੍ਹਣੇ ਨਹੀਂ ਬਣਾ ਕੇ ਦਿੰਦੇ, ਉਹ ਸਿਰਫ ਬੱਚਿਆਂ ਨੂੰ ਉੱਡਣਾ ਸਿਖਾਉਂਦੇ ਹਨ। ਯਕੀਨ ਰੱਖੋ, ਜੋ ਤੁਹਾਡਾ ਹੈ ਉਹ ਤੁਹਾਨੂੰ ਹੀ ਮਿਲੇਗਾ। ਨੰਬਰ 3, ਰਿਸ਼ਤਿਆਂ ਨੂੰ ਵਕਤ ਦੇਣਾ ਸਿੱਖੋ, ਪਿਆਰ ਵੀ ਰਹੇਗਾ ਅਤੇ ਸਾਥ ਵੀ ਰਹੇਗਾ। ਐਸ਼ ਦੀ ਜ਼ਿੰਦਗੀ ਜਿਉਣ ਲਈ ਪਹਿਲਾਂ ਮੁਸੀਬਤਾਂ ਦੀ ਦੌੜ ਜਿੱਤਣੀ ਪੈਂਦੀ ਹੈ। ਨੰਬਰ 5, ਕਦੇ ਵੀ ਮਨ ਹਲਕਾ ਕਰਨਾ ਹੋਵੇ ਤਾਂ ਪਰਮਾਤਮਾ ਅੱਗੇ ਰੋ ਕੇ ਕਰਨਾ ਚਾਹੀਦਾ ਹੈ, ਕਿਉਂਕਿ ਉਹ ਹਮੇਸ਼ਾ ਹੱਥ ਫੜਦਾ ਹੈ, ਮਜ਼ਾਕ ਨਹੀਂ ਉਡਾਉਂਦਾ। ਨੰਬਰ 6, ਗੁਆਚੀ ਮਸੂਮੀਅਤ ਹੁਣ ਲੱਭਦੀ ਨਹੀਂ, ਵਕਤ ਦੀ ਰਫ਼ਤਾਰ ਬਚਪਨ ਖਾ ਗਈ, ਕਿਉਂਕਿ ਵਕਤ ਇੰਨੀ ਤੇਜ਼ੀ ਨਾਲ ਜਾ ਰਿਹਾ, ਬਚਪਨ ਬੱਚਿਆਂ ਵਿੱਚ ਰਿਹਾ ਹੀ ਨਹੀਂ। ਨੰਬਰ 7, ਹੰਕਾਰ ਇੱਕ ਅਜਿਹੀ ਪੌੜੀ ਹੈ ਜਿੱਥੇ ਬੰਦਾ ਚੜ੍ਹਦਾ ਬੜੀ ਤੇਜ਼ੀ ਹੈ, ਪਰ ਜਦੋਂ ਡਿੱਗਦਾ ਹੈ ਤਾਂ ਪੱਲੇ ਕੁਝ ਨਹੀਂ ਰਹਿੰਦਾ। ਨੰਬਰ 8, ਅਕਲ ਕੱਪੜਿਆਂ ਵਿੱਚੋਂ ਨਹੀਂ, ਗੱਲਬਾਤ ਅਤੇ ਆਦਤਾਂ ਵਿੱਚੋਂ ਝਲਕਦੀ ਹੈ। ਨੰਬਰ 9, ਚੁੱਪ ਹੋ ਜਾਣਾ ਕਮਜ਼ੋਰੀ ਦੀ ਨਹੀਂ ਵੱਡੇਪਨ ਦੀ ਨਿਸ਼ਾਨੀ ਹੁੰਦੀ ਹੈ, ਵਰਨਾ ਜੋ ਸਹਿ ਸਕਦਾ ਹੈ ਉਹ ਕਹਿ ਵੀ ਸਕਦਾ ਹੈ। ਨੰਬਰ 10, ਕੋਈ ਤੱਕੜੀ ਨਹੀਂ ਹੁੰਦੀ ਰਿਸ਼ਤਿਆਂ ਦਾ ਵਜ਼ਨ ਤੋਲਣ ਲਈ, ਬਸ ਪਰਵਾਹ ਦੱਸਦੀ ਹੈ ਫਿਕਰ ਦਾ ਪਲੜਾ ਕਿੰਨਾ ਭਾਰੀ ਹੈ। ਸੰਸਾਰ ਵਿੱਚ ਸਭ ਤੋਂ ਸੁਰੱਖਿਅਤ ਬੀਮਾ ਪਰਮਾਤਮਾ 'ਤੇ ਭਰੋਸਾ, ਬਸ ਯਾਦ ਰੱਖੋ ਅਤੇ ਚੰਗੇ ਕਰਮਾਂ ਦੀ ਕਿਸ਼ਤ ਸਮੇਂ ਸਮੇਂ 'ਤੇ ਭਰਦੇ ਰਹੋ। ਆਪਣੇ ਆਪ ਵਿੱਚ ਮਸਤ ਰਹਿਣਾ ਸਿੱਖੋ, ਨਹੀਂ ਤਾਂ ਲੋਕ ਰੱਬ ਤੋਂ ਵੀ ਦੁਖੀ ਨੇ। ਮਾਪੇ ਗਰੀਬ ਹੋ ਸਕਦੇ ਹਨ ਪਰ ਮਮਤਾ ਕਦੇ ਗਰੀਬ ਨਹੀਂ ਹੁੰਦੀ। ਰੱਬ ਤੋਂ ਸਿਰਫ ਦੋ ਚੀਜ਼ਾਂ ਮੰਗਿਆ ਕਰੋ, ਇੱਕ ਤੰਦਰੁਸਤੀ ਅਤੇ ਦੂਜਾ ਸਰਬੱਤ ਦਾ ਭਲਾ। ਜਾਣ ਵਾਲਿਆਂ ਨੂੰ ਕੀ ਪਤਾ ਯਾਦਾਂ ਦਾ ਬੋਝ ਕਿੰਨਾ ਭਾਰਾ ਹੁੰਦਾ ਹੈ। ਆਪਣੀ ਝੋਪੜੀ ਵਿੱਚ ਰਾਜ ਕਰਨਾ ਕਿਸੇ ਦੇ ਮਹਿਲ ਵਿੱਚ ਗੁਲਾਮੀ ਕਰਨ ਤੋਂ ਕਿਤੇ ਬਿਹਤਰ ਹੁੰਦਾ ਹੈ। ਵਕਤ ਕੋਲੋਂ ਕਦੀ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ, ਸਿਰਫ ਸਿੱਖਿਆ ਜਾਂਦਾ ਹੈ। ਕਿਸੇ ਨੂੰ ਦੇਣ ਲਈ ਸਭ ਤੋਂ ਵੱਡਾ ਗਿਫਟ ਉਸ ਦੇ ਜਜ਼ਬਾਤਾਂ ਨੂੰ ਸਮਝਣਾ ਅਤੇ ਉਸ ਨੂੰ ਆਦਰ ਸਤਿਕਾਰ ਦੇਣਾ ਹੈ। ਜ਼ਿੰਦਗੀ ਇੱਕ ਅਣਜਾਣ ਕਿਤਾਬ ਵਰਗੀ ਹੈ। ਅਗਲੇ ਪੰਨੇ 'ਤੇ ਕੀ ਲਿਖਿਆ ਹੈ ਕਿਸੇ ਨੂੰ ਨਹੀਂ ਪਤਾ। ਹਾਲਾਤ, ਕਿਸਮਤ, ਇਨਸਾਨ ਅਤੇ ਜ਼ਿੰਦਗੀ ਸਮੇਂ ਦੇ ਨਾਲ ਸਭ ਬਦਲ ਜਾਂਦੇ ਨੇ। ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਰੱਖੋ, ਲੋਕ ਭੇਤ ਲੈ ਕੇ ਨੁਕਸਾਨ ਕਰਦੇ ਨੇ। ਗੱਲਾਂ 'ਤੇ ਸਾਰੇ ਹੀ ਸਿਆਣਪ ਦੀਆਂ ਕਰ ਲੈਂਦੇ ਨੇ, ਰੌਲਾ ਤਾਂ ਦਿਲ ਅੰਦਰ ਬੇਈਮਾਨੀਆਂ ਦਾ। ਰਿਸ਼ਤਾ ਭਾਵੇਂ ਕੋਈ ਵੀ ਹੋਵੇ, ਪਾਸਵਰਡ ਬਸ ਇੱਕ ਹੀ ਹੈ, ਭਰੋਸਾ। ਜਿੱਥੋਂ ਮੌਕਾ ਮਿਲੇ ਸਿੱਖਣ ਦਾ ਉੱਥੋਂ ਸਿੱਖਣਾ ਚਾਹੀਦਾ ਹੈ। ਕਿਤਾਬ ਤੋਂ, ਜ਼ਿੰਦਗੀ ਤੋਂ, ਗਲਤੀ ਤੋਂ, ਗੁਰੂ ਤੋਂ, ਔਕੜ ਤੋਂ, ਠੋਕਰ ਤੋਂ, ਬਸ ਸਿੱਖਦੇ ਰਹੋ। ਆਪਣੇ ਮਨ ਦੀ ਕਿਤਾਬ ਅਜਿਹੇ ਬੰਦੇ ਕੋਲ ਖੋਲ੍ਹੋ ਜਿਹੜਾ ਇਸ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸਮਝ ਸਕੇ। ਇਨਸਾਨ ਦੀ ਇਨਸਾਨੀਅਤ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਉਸ ਨੂੰ ਹੋਰਾਂ ਦੇ ਦਰਦ ਉੱਤੇ
ਹਾਸਾ ਆਉਣ ਲੱਗ ਜਾਂਦਾ ਹੈ। ਸਮੇਂ ਤੋਂ ਪਹਿਲਾਂ ਬੋਲੇ ਗਏ ਬੋਲ ਅਤੇ ਸਮੇਂ ਤੋਂ ਪਹਿਲਾਂ ਤੋੜੇ ਗਏ ਫਲ ਦੋਵੇਂ ਵਿਅਰਥ ਜਾਂਦੇ ਹਨ। ਗਵਾਉਣ ਤੋਂ ਬਾਅਦ ਹੀ ਅਕਸਰ ਖਿਆਲ ਆਉਂਦਾ ਹੈ ਕਿ ਕਿੰਨਾ ਕੀਮਤੀ ਸੀ ਵਕਤ, ਵਿਅਕਤੀ ਅਤੇ ਰਿਸ਼ਤਾ। ਕਿਤਾਬਾਂ ਦੀ ਅਹਿਮੀਅਤ ਆਪਣੀ ਜਗ੍ਹਾ ਹੈ ਜਨਾਬ, ਸਬਕ ਉਹੀ ਯਾਦ ਰਹਿੰਦੇ ਨੇ ਜੋ ਵਕਤ ਅਤੇ ਲੋਕ ਸਿਖਾਉਂਦੇ ਨੇ। ਜਿਸ ਰਾਹ 'ਤੇ ਤੁਸੀਂ ਇਕੱਲੇ ਰਹਿ ਜਾਂਦੇ ਹੋ ਤਾਂ ਸਮਝ ਲੈਣਾ ਕਿ ਤੁਸੀਂ ਸਹੀ ਰਾਹ 'ਤੇ ਜਾ ਰਹੇ ਹੋ, ਕਿਉਂਕਿ ਸੱਚ ਦੇ ਰਾਹ 'ਤੇ ਕੋਈ ਵੀ ਸਾਥ ਨਹੀਂ ਦਿੰਦਾ। ਕੁਝ ਤਾਂ ਹੈ ਜੋ ਟੁੱਟ ਰਿਹਾ ਅੰਦਰ ਹੀ ਅੰਦਰ, ਪਤਾ ਨਹੀਂ ਭਰੋਸਾ ਜਾਂ ਸਬਰ। ਕੁਝ ਤਾਂ ਹੈ ਜੋ ਟੁੱਟ ਰਿਹਾ ਅੰਦਰ ਹੀ ਅੰਦਰ, ਪਤਾ ਨਹੀਂ ਭਰੋਸਾ ਜਾਂ ਸਬਰ। ਤੁਹਾਡੇ ਆਪਣੇ ਉਹੀ ਹੁੰਦੇ ਹਨ ਜੋ ਤੁਹਾਨੂੰ ਤੁਹਾਡੇ ਔਗੁਣਾਂ ਸਣੇ ਕਬੂਲ ਕਰਦੇ ਹਨ। ਬਹੁਤ ਘੱਟ ਹੁੰਦੇ ਹਨ ਜੋ ਬਿਨਾਂ ਕਿਸੇ ਸ਼ਬਦ ਤੋਂ ਪਿਆਰ ਨਿਭਾਉਂਦੇ ਹਨ ਅਤੇ ਰਿਸ਼ਤੇ ਨਿਭਾਉਂਦੇ ਹਨ। ਜ਼ਿੰਦਗੀ ਕਦੇ ਕਦੇ ਜ਼ਿੰਦਗੀ ਨੂੰ ਕਮਲਿਆਂ ਵਾਂਗ ਵੀ ਜੀ ਲੈਣਾ ਚਾਹੀਦਾ ਹੈ। ਬਹੁਤਿਆਂ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਡਦੇ। ਇਹ ਵੀ ਜ਼ਿੰਦਗੀ ਦੇ ਤਜਰਬੇ ਆ। ਲੋਕ ਆਪਣੇ ਆਪ ਨੂੰ ਸਹੀ ਦੱਸਣ ਲਈ ਦੂਸਰਿਆਂ ਨੂੰ ਨਿੰਦਦੇ ਆ। ਮਨ ਵਿੱਚ ਮੈਲ ਰੱਖਣੀ ਅਤੇ ਬਾਹਰੋਂ ਚੰਗੇ ਹੋਣ ਦਾ ਦਿਖਾਵਾ ਕਰਨਾ, ਇਹ ਚਲਾਕੀਆਂ ਉਹਦੇ ਦਰ 'ਤੇ ਨਹੀਂ ਚੱਲਦੀਆਂ। ਸੰਸਾਰ ਦਾ ਸਭ ਤੋਂ ਸੁਰੱਖਿਅਤ ਬੀਮਾ ਪਰਮਾਤਮਾ 'ਤੇ ਭਰੋਸਾ। ਬਸ ਯਾਦ ਰੱਖੋ, ਚੰਗੇ ਕਰਮਾਂ ਦੀ ਕਿਸ਼ਤ ਸਮੇਂ 'ਤੇ ਭਰਦੇ ਰਹੋ। ਕਈ ਵਾਰ ਜ਼ਿੰਦਗੀ ਅਜਿਹੇ ਮੋੜ 'ਤੇ ਲਿਆ ਕੇ ਖੜ੍ਹੀ ਕਰ ਦਿੰਦੀ ਹੈ ਕਿ ਜੇ ਗੱਲਾਂ ਕਹਿ ਦਈਏ ਤਾਂ ਰਿਸ਼ਤੇ ਟੁੱਟ ਜਾਂਦੇ ਨੇ, ਅਤੇ ਜੇ ਦਿਲ ਵਿੱਚ ਰੱਖ ਲਈਆਂ ਤਾਂ ਜਾਨ ਇਨਸਾਨ ਖੁਦ ਮਰ ਜਾਂਦਾ ਹੈ। ਜ਼ਮੀਨਾਂ ਉੱਪਰ ਕਬਜ਼ਾ ਘੱਟ ਵੱਧ ਹੋ ਸਕਦਾ ਹੈ, ਪਰ ਅਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ। ਰੱਬ ਤੋਂ ਸਿਰਫ ਦੋ ਚੀਜ਼ਾਂ ਮੰਗਿਆ ਕਰੋ, ਇੱਕ ਤੰਦਰੁਸਤੀ ਅਤੇ ਦੂਸਰਾ ਸਭ ਦਾ ਭਲਾ, ਫਿਰ ਸਭ ਠੀਕ ਹੋਵੇਗਾ। ਜਿਸ ਵਿੱਚ ਸੱਚ ਬੋਲਣ ਦਾ ਹੌਸਲਾ ਹੁੰਦਾ ਹੈ, ਸਭ ਤੋਂ ਵੱਧ ਨਫ਼ਰਤ ਦਾ ਪਾਤਰ ਉਹੀ ਬਣਦਾ ਹੈ। ਨੀਤਾਂ ਨੂੰ ਹੀ ਮਿਲਣ ਮੁਰਾਦਾਂ ਅਤੇ ਮਿਹਨਤਾਂ ਨੂੰ ਹੀ ਫਲ ਲੱਗਦੇ ਨੇ। ਜੋ ਉਹਦੀ ਰਜ਼ਾ ਵਿੱਚ ਹੋਵੇ ਤਾਂ ਪਾਣੀ ਉੱਚਿਆਂ ਵੱਲ ਨੂੰ ਵੀ ਵਗਦੇ ਨੇ। ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਚੈਨਲ ਨੂੰ ਫੋਲੋ ਕਰਕੇ ਨੋਟੀਫਿਕੇਸ਼ਨ ਔਨ ਰੱਖਣਾ ਤਾਂ ਕਿ ਨਵੀਂ ਵੀਡੀਓ ਵੀ ਦੇਖ ਸਕੋ। ਧੰਨਵਾਦ ਕਰਦੇ ਹਾਂ ਤੁਹਾਡਾ ਇੱਥੋਂ ਤੱਕ ਵੀਡੀਓ ਦੇਖਣ ਲਈ। ਥੈਂਕ ਯੂ।